ਅੱਛਾ ਨੌਕਰੀ ਹੀ ਲੱਗੀ ਹੈ ਤੇ ਨੌਕਰੀ ਨਹੀਂ ਕਰ ਸਕਦਾ। ਅੱਛਾ ਕਿਹਦੀ ਨੌਕਰੀ ਕਰਦੇ ਹੋ? ਰਾਜੂ ਸ਼ਰਮਾ ਜੀ। ਕਿੱਥੇ ਡਿਊਟੀ ਸੀ? ਡਿਊਟੀ ਅੰਬਫਲ ਹੈ, ਜੰਮੂ ਦਾ ਅੱਗੇ, ਜੰਮੂ ਦਾ ਜਿਹੜਾ ਅੰਬਫਲ ਹੈ ਨਾ ਉੱਥੇ ਡਿਊਟੀ। ਕੰਨੇ ਦੋ, ਇੱਕ ਹਵਲਦਾਰ, ਇੱਕ ਏਐਸਆਈ ਜੰਮੂ ਦੇ। ਅੱਛਾ ਏਐਸਆਈ ਰਾਜਪੂਤ ਜੀ ਆ, ਰਾਜਾ ਰਾਜਾ ਬਾਬੂ ਹਵਲਦਾਰ ਜੀ, ਹੁਣ ਕੀ ਜਾਂਦੇ ਤੁਸੀਂ, ਕਿੱਥੇ ਜਾਣਾ ਤੁਸੀਂ? ਹੁਣ ਆਏ ਇੱਥੇ ਰੁਕਣਾ ਹੀ ਆ, ਹੁਣ ਰਾਤ ਹੋਈ ਆ, ਕਿੱਥੇ ਲੈ ਸਕਦੇ ਵਾਪਸ? ਨਹੀਂ ਨਹੀਂ ਜਾਣ ਨਹੀਂ ਪਹਿਚਾਣ ਨਹੀਂ ਜਾਂ ਤੁਹਾਨੂੰ ਹੈ ਗਰਾਂ ਰੱਖਣਾ ਆਪਣੇ? ਮੈਂ ਤਾਂ ਆਪਣਾ ਸਮਾਨ ਲਿਆ, ਗ੍ਰਾਮ ਸੇਵਕ ਦਾ ਕੰਮ ਚਲਾ, ਉੱਥੇ ਨਾਮ ਲਿਖਾਇਆ। ਨਾਂ ਕਿਹਾ ਤੁਹਾਡਾ? ਰਾਜੂ ਸ਼ਰਮਾ। ਘਰ ਕੁੱਥੇ? ਮੇਰੀ ਮਾਤਾ ਆਏ ਦੇ ਪਹਿਲੇ, ਮੰਮੀ ਮਾਤਾ ਮੇਰੇ ਆਏ ਦੇ ਬਈ 6 ਮਹੀਨੇ ਯਾਰ ਪਹਿਲੇ ਆਏ। ਕੀ ਨਾਮ ਮਾਤਾ ਹੁੰਦੀ ਤੁਹਾਡੇ? ਰਾਮ ਦੇਵ ਸ਼ਰਮਾ। ਇੱਥੇ ਕੁੰਦੇ ਘਰ ਆਏ ਹੋ? ਇੱਥੇ ਕੱਪੂ ਹੁੰਦੇ ਘਰ ਆਏ, ਨਿੱਕਾ ਨਿੱਕਾ ਮਾਮਾ ਜੀ ਦਾ ਬੇਟਾ ਕੱਪੂ। ਪਤਾ ਕੁਛ? ਮੇਰੇ ਗ੍ਰਾਂ 'ਚ ਇੱਕ ਸਤਵਾ ਬੈਠਾ ਹੈ, ਕਾਫੀ ਇੱਥੇ ਮਾਤਰ ਸ਼ਕਤੀ, ਬੱਚੇ, ਬਜ਼ੁਰਗ ਸਾਰੇ ਆਉਂਦੇ। ਇਹ ਬੜੀ ਇੱਕ ਚਿੰਤਾਜਨਕ ਗੱਲ ਹੈ ਵੀ ਇਹਦੇ ਕੋਲ ਨਾ ਕੋਈ ਆਧਾਰ ਕਾਰਡ ਹੈ, ਨਾ ਕੋਈ ਸ਼ਨਾਖਤ ਹੈ, ਬੋਲਾ ਰਹੇ ਹਿੰਦੀ ਹੈ ਜਾਂ ਡੋਗਰੀ ਹੈ, ਐ ਕੋਈ ਪੁੱਛਦਾ ਕੋਈ ਪਤਾ ਨਹੀਂ। ਇਹ ਸਾਨੂੰ ਮਤਲਬ ਖਤਰੇ ਦੀ ਘੰਟੀ ਲੱਗਦੀ ਹੈ। ਅਸਾਂ ਪੁਲਿਸ ਵਾਲੇ ਕੀਤਾ ਫੋਨ, ਹੁਣ ਆਉਂਦੇ ਹਾਂ ਤਾਂ ਸਾਡੇ ਕੋਲ ਤਾਂ ਮਤਲਬ ਕੋਈ ਸੁਵਿਧਾ ਨਹੀਂ ਹੈ ਵੀ ਅਸੀਂ ਇਸ 'ਤੇ ਰੱਖੀ ਸਕੀਏ। ਹੁਣ ਪੁਲਿਸ ਦੇ ਹਵਾਲਾ ਕਰਦੇ ਹਾਂ, ਬਾਕੀ ਉਹਦਾ ਕੰਮ ਹੈ ਵਿੱਚ ਕਰਦੇ। ਅਤੇ ਮੈਂ ਬੜਾ ਸ਼ੁਕਰਗੁਜ਼ਾਰ ਹਾਂ ਸਾਡੇ ਆਪਣੇ ਗ੍ਰਾਮ ਦੇ ਬੱਚੇ ਸਾਰਿਆਂ ਜਿਹਨੇ ਇਸ ਗੱਲ ਦਾ ਧਿਆਨ ਰੱਖਿਆ ਦਾ, ਔਰ ਮਿਗੀ ਵੀ ਉਹਨੇ ਸੁਣਾਇਆ ਅਤੇ ਮੈਂ ਉਹਨੂੰ ਮੌਕੇ ਕਰਾਇਆ ਕਿ ਪੁਲਿਸ ਵਾਲੇ ਆਉਂਦੇ ਨੇ ਤਾਂ ਉਹਨੇ ਦੇਣੇ ਆ। ਮੈਂ ਮੀਡੀਆ ਦਾ ਵੀ ਸ਼ੁਕਰੀਆ ਅਦਾ ਕਰਨਾ ਕਿ ਇਹਨਾਂ ਗੱਲਾਂ ਸਾਰੇ ਅਹੁਦੇ ਦਿੰਦੇ ਨੇ, ਅਤੇ ਕਈ ਗੱਲਾਂ ਦਾ ਖਤਰਾ ਸਾਰਾ ਚੱਲਦਾ ਇਹ ਦੇਖਣਾ ਮਜ਼ਾ ਨਹੀਂ ਜਾ ਰਿਹਾ। ਕੀ ਨਾਂ ਤੁਹਾਡਾ? ਕੀ ਨਾਂ ਤੁਹਾਡਾ? ਰਾਜੂ ਸ਼ਰਮਾ ਜੀ। ਕਿੱਥੇ ਘਰ ਤੁਹਾਡੇ? ਝੁੰਮੀਆਂ। ਇੱਧਰ ਕੁੱਧਰ ਆ ਜਾਓ ਤੁਸੀਂ। ਨਹੀਂ ਇਸ ਇਸ ਵੇਲੇ ਕਿਹੜੀ ਜਗ੍ਹਾ ਆ ਤੁਸੀਂ? ਇਸ ਵੇਲੇ ਅਸੀਂ ਇਹ ਸਮਝਿਆ ਕਿ ਮਾਲਕਾ ਸਾਡੇ ਨਨਿਆਲੀ ਜਾਂਦੇ ਇੱਕ ਨਾਨਕੇ ਮਾਮੇ ਉੱਥੇ। ਅੱਛਾ ਇਹ ਸਮਝਿਆ, ਇਹ ਲੱਗਣਾ ਸਾਨੂੰ ਇਸ ਵੇਲੇ ਤੁਸੀਂ ਬੁੱਧੀ ਜੋ ਆ ਜਿੰਨੇ ਜੀ ਪਹਿਚਾਣਨੇ ਆ ਉਹ ਵੀ ਇੱਥੇ ਖਲੋਤੇ ਦੇ ਨੇ। ਮਾਸਟਰ ਜੀ ਸਾਡੇ ਸਰ ਜੀ ਜਾਂ ਪੜ੍ਹਦੇ ਰਹੇ ਸਕੂਲ ਗੌਰਮੈਂਟ ਸਕੂਲ ਅਨਮੋਲ ਵਿੱਚ ਸਰ ਜੀ ਸਾਡੇ। ਆਏ ਕਿੰਨਾ ਸੀ ਤੁਸੀਂ? ਆਏ ਸਮਝ ਆਏ ਹੈਗੇ, ਮੇਰੀ ਨੌਕਰੀ ਬੰਦ ਹੋਈ ਹੈ ਨੀ, ਨੌਕਰੀ ਰੱਖ ਲਈ ਨਹੀਂ ਉਹਦੇ ਬਾਰੇ ਹਾਲੇ ਮੇਰੇ ਮੰਮੀ। ਨਹੀਂ ਤੁਸੀਂ ਕਿੰਨਾ ਆਏ ਹੁਣ? ਕੋਈ ਗੱਡੀ ਪਰ ਆਏ ਜਾਂ ਕਾਹਦੇ ਪਰ ਆਏ? ਗੱਡੀ ਬੱਸਾਂ ਆਏ ਸੀ, ਬੱਸਾਂ ਉਹਨੇ ਉਤਾਰਿਆ ਸਾਨੂੰ ਇੱਥੇ ਪਿਛਲਾ ਜਿਹੜਾ ਸ਼ਹਿਰ ਹੈ ਨੀ ਉੱਥੇ ਉਤਾਰਿਆ ਉਹਨੇ। ਆਹ ਪੁੱਛਣਾ ਕਿਹੜਾ ਸ਼ਹਿਰ ਆ? ਇੱਕ ਕੁਆਲ ਹੈ ਮਾਂ ਇਹਦੇ, ਹੀਰਾਨਗਰ ਜਾਣਾ ਸੀ। ਆਹਦੇ ਹੀਰਾਨਗਰ ਅੱਗੇ ਹੀ ਆ, ਵਿੱਚ ਦਾ ਸੁਣਾਇਆ ਹੀਰਾਨਗਰ ਅੱਗੇ ਆ, ਤਾਂ ਚੱਲਿਆ ਹੀਰਾਨਗਰ ਪੁੱਛਿਆ। ਹੁਣ ਤੁਸੀਂ ਇੱਧਰ ਕਿੰਨਾ ਆਏ? ਤੁਸੀਂ ਕੋਈ ਗੱਡੀ 'ਚ ਆਏ ਜਾਂ ਪੈਦਲ? ਹੀਰਾਨਗਰ ਪੁੱਛਿਆ, ਮੈਂ ਮਾਨਤਾ ਜਾਣਾ। ਆਖਿਆ ਇੱਥੋਂ ਪਿੱਛੇ ਜਾਓ, ਅੰਦਰ ਜਾਣੇ ਪੈਣਾ ਤੁਸੀਂ, ਫਿਰ ਮਾਨਤਾ। ਇਸ ਲਈ ਤੁਸੀਂ ਬੁੱਧੀ ਵਿੱਚ ਖੜੋਤੇ ਹੋ? ਬੁੱਧੀ ਨਗਰ? ਹਾਂਜੀ ਮਾਨਤਾ ਨਗਰ। ਮਾਨਤਾ ਨਗਰ ਅੱਗੇ ਆ ਜਾਂ ਪਿੱਛੇ ਆ? ਮਤਲਬ ਪਿੱਛੇ
ਨਹੀਂ ਤੁਸੀਂ ਆਖਿਆ ਤੁਹਾਡੀ ਮਾਤਾ ਹੋਰ ਵੀ ਤੁਹਾਡੇ ਇੱਧਰ ਆਏ ਦੇ ਪਹਿਲਾਂ ਜਿਹੜੇ ਤੁਸੀਂ ਆਖਿਆ ਦੇ ਉਹ 6 ਮਹੀਨੇ ਪਹਿਲੇ 4 ਮਹੀਨੇ ਪਹਿਲੇ ਆਏ ਦੇ ਆਪਣੇ ਘਰ ਕਿਹੜੀ ਜਗ੍ਹਾ ਬਣਾ ਇਸ ਲਈ ਤੁਸੀਂ ਕੋਈ ਨਸ਼ਾ ਨੁਸ਼ਾ ਨਹੀਂ ਕੀਤਾ ਨਹੀਂ ਨਹੀਂ ਆਏ ਕੋਈ ਨਸ਼ਾ ਨਹੀਂ ਕੀਤਾ ਥੋੜ੍ਹਾ ਬਹੁਤ ਹੈ ਕੋਈ ਜਿਵੇਂ ਬੀੜੀ ਸਿਗਰਟ ਕੋਈ ਹੁੰਦਾ ਉਸ ਹਿਸਾਬ ਨਾਲ ਕੋਈ ਵੱਡਾ ਨਸ਼ਾ ਕੋਈ ਸ਼ਰਾਬ ਕੋਈ ਆਧਾਰ ਕਾਰਡ ਤੁਹਾਡੇ ਕੋਲ ਇਸ ਲਈ ਕੁਛ ਆਧਾਰ ਕਾਰਡ ਕਾਗਜ਼ ਘਰ ਹੀ ਹੈ ਮੇਰੇ ਜਾਂ ਮੂੰਹ ਜੋ ਨਹੀਂ ਸਲਾਹ ਕੋਈ ਫੋਨ ਨੰਬਰ ਘਰੇ ਦਾ ਆਧਾਰ ਕਾਰਡ ਦਾ ਜਿਹੜਾ ਹੁੰਦਾ ਨਾ ਬਾਇਓਡਾਟਾ ਉਹਦਾ ਕੋਈ ਘਰੇ ਦਾ ਫੋਨ ਨੰਬਰ ਵੀਰ ਜੀ ਕੋਲ ਫੋਨ ਨੰਬਰ ਉਹਦੀ ਨਾਈਟ ਡਿਊਟੀ ਚੱਲ ਰਹੀ ਰਾਮਗੜ੍ਹ ਥਾਣਾ ਉੱਥੇ ਡਿਊਟੀ ਥਾਣੇ 'ਚ ਕਿਹੜੇ ਰੈਂਕ ਪਰ ਥਾਣੇ ਪਰ ਫੋਟੋ ਖਿੱਚੀ ਲਿਆ ਤੁਸੀਂ ਬੰਦਾ